ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ ਪਾਥੜਾ ਨੂੰ ਮਿਲਿਆ ਟਰੈਕਟਰ। ਹਲਕਾ ਸ਼ੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜੀ ਇਸ ਪੁੱਤਰ ਨੇ ਹਰੀ ਝੰਡੀ ਦੇ ਕੇ ਟਰੈਕਟਰ ਕੀਤਾ ਰਵਾਨਾ। ਸ਼ਹਿਰ ਨੂੰ ਹੋਰ ਜ਼ਿਆਦਾ ਸਾਫ਼ ਸੁਥਰਾ ਬਣਾਉਣ ਦੇ ਲਈ ਸਰਕਾਰ ਦੇ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਕੌਂਸਲ ਪਾਤੜਾ ਦੇ ਲਈ MLA ਸਰਦਾਰ ਕੁਲਵੰਤ ਸਿੰਘ ਬਾਜੀਗਰ ਜੀ ਦੇ ਯਤਨ ਸਦਕਾ ਇੱਕ ਨਵੇਂ ਟਰੈਕਟਰ ਟਰਾਲੀ ਦੇ ਲਈ ਮਿਲੀ ਗ੍ਰਾਂਟ ਤਹਿਤ ਸਵਰਾਜ ਕੰਪਨੀ ਦੇ ਟਰੈਕਟਰ ਟਰਾਲੀ ਦੀ ਖਰੀਦ ਕੀਤੀ। ਅੱਜ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਟਰੈਕਟਰ ਨੂੰ MLA ਦੇ ਸਪੁੱਤਰ ਸਰਦਾਰ ਗੁਰਮੀਤ ਸਿੰਘ ਵਿੱਕੀ, ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਤੇ EO ਬਲਜਿੰਦਰ ਕੌਰ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ। ਟਰੈਕਟਰ ਦੀ ਸਖ਼ਤ ਲੋੜ ਸੀਗੀ ਕਿਉਂਕਿ ਜਿਵੇਂ ਸ਼ਹਿਰ ਦੇ ਵਿੱਚ ਕੂੜਾ ਕਰਕਟ ਚੱਕਣ ਲਈ ਆਪਣੇ ਕਰਮਚਾਰੀ ਜਾਂਦੇ ਆ ਤਾਂ ਉਹ ਪਹਿਲਾਂ ਰੇਹੜੀਆਂ ਅਤੇ ਰਕਸ਼ੇ 'ਤੇ ਜਾਂਦੇ ਹੁੰਦੇ ਸੀਗੇ ਅਤੇ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਅੰਕੜ ਰਣਵੀਰ ਜੀ ਇਹਨਾਂ ਨੇ ਜਿਹੜਾ ਟਰਾਲੀ ਬਣਵਾਈ ਹੋਈ ਹੈ ਅਤੇ ਟਰਾਲੀ ਨੂੰ ਖਿੱਚਣ ਲਈ ਫਿਰ ਟਰੈਕਟਰ ਦੀ ਜ਼ਰੂਰਤ ਤਾਂ ਪੈਂਦੀ ਹੈ ਦੇਖੋ ਜੀ। ਇਸ ਕਰਕੇ ਇਹ ਜਿਹੜਾ ਟਰੈਕਟਰ ਦਾ ਉਪਰਾਲਾ ਕੀਤਾ 10 ਲੱਖ ਰੁਪਏ ਦੀ ਕੀਮਤ ਹੈ ਅਤੇ ਇਸ ਨਾਲ ਐਵੇਂ ਜੀ ਕਰਮਚਾਰੀ ਨੂੰ ਬਹੁਤ ਸਹਿਯੋਗ ਮਿਲੇਗਾ, ਉਹਨਾਂ ਨੂੰ ਹੈਲਪ ਮਿਲੇਗੀ ਕੂੜਾ ਚੱਕਣ ਦੇ ਵਿੱਚ ਅਤੇ ਇੱਕ ਘੱਟ ਸਮੇਂ ਦੇ ਵਿੱਚ ਜਿਹੜਾ ਕੂੜਾ ਚੱਕਿਆ ਜਾ ਸਕੇ। MLA ਸਾਹਿਬ ਨੇ ਆਉਣਾ ਸੀਗਾ ਪਰ ਉਹਨਾਂ ਨੂੰ CM ਹਾਊਸ ਜਾਣਾ ਪੈ ਗਿਆ, ਜ਼ਰੂਰੀ ਕੰਮ ਸੀਗਾ, ਇਸ ਕਰਕੇ ਫਿਰ ਉਹਨਾਂ ਨੇ ਮੇਰੀ ਡਿਊਟੀ ਲਵਾਈ ਜੀ। ਇਹ ਟਰੈਕਟਰ ਜਿਹੜਾ ਹੈਗਾ ਸਵੱਛਤਾ ਮਿਸ਼ਨ ਦੇ ਤਹਿਤ ਸਾਨੂੰ ਪੰਜਾਬ ਸਰਕਾਰ ਵੱਲੋਂ ਮਤਲਬ ਗ੍ਰਾਂਟ ਆਈ ਸੀ, ਉਹਦੇ ਤਹਿਤ ਇਹ ਸਵਰਾਜ 855 ਟਰੈਕਟਰ ਜਿਹੜਾ ਹੈਗਾ ਅਤੇ ਇੱਕ ਟਰਾਲੀ, ਇਹ ਦੋਵਾਂ ਜਿਹੜੀਆਂ ਮਤਲਬ ਪਰਚੇਜ ਕੀਤੀਆਂ ਨੇ। ਟਰਾਲੀ ਤਿਆਰ ਹੋਣ ਡਈ ਹੈ, ਉਹਦਾ ਟੈਂਡਰ ਹੋਇਆ, ਟਰੈਕਟਰ ਸਾਡੇ ਕੋਲ ਆ ਗਿਆ ਵਾ। ਇਹਦੀ ਬੜੀ ਸਖ਼ਤ ਲੋੜ ਸੀਗੀ ਕਿਉਂਕਿ ਜਿਹੜੇ ਕੁਛ ਟਰੈਕਟਰ ਸਾਡੇ ਬੜੇ ਪੁਰਾਣੇ ਹੋ ਗਏ ਨੇ। ਇੱਕ ਟਰੈਕਟਰ ਤਾਂ ਮੈਂ ਸ਼ਾਇਦ 79 ਦਾ ਹੈਗਾ ਜੀਟਰ, ਇੱਕ ਆਇਸਰ ਹੈ ਪੁਰਾਣਾ ਵਾ, ਤੋ ਉਹਨਾਂ ਨੇ ਕੰਮ ਕਰ ਸਕਦੇ। ਸ਼ਹਿਰ ਜਿਹੜਾ ਬਹੁਤ ਵੱਡਾ ਹੋ ਗਿਆ ਵਾ, ਸ਼ਹਿਰ 'ਚ ਲੋੜ ਸੀਗੀ ਅਤੇ ਸਰਕਾਰ ਨੇ ਗ੍ਰਾਂਟ ਭੇਜੀ ਹੈ। ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ, ਸਾਡੇ ਹਲਕੇ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਜੀ, ਉਹਨਾਂ ਸਪੁੱਤਰ ਵਿੱਕੀ ਜੀ ਆਏ ਹੋਏ ਨੇ, ਜਿਨ੍ਹਾਂ ਨੂੰ ਉਦਘਾਟਨ ਕੀਤਾ ਵਾ, ਅਤੇ ਇਹ ਸਰਕਾਰ ਜਿਹੜੀ ਸਮੇਂ ਸਿਰ ਜੀ ਲੋੜ ਮੁਤਾਬਕ ਜਿਹੜੀ ਸਾਨੂੰ ਗ੍ਰਾਂਟਾਂ ਭੇਜ ਰਹੀ ਹੈ, ਉਹਦੇ ਮੁਤਾਬਕ ਅਸੀਂ ਟਰੈਕਟਰ ਲਿਆ ਵਾ। ਇਹ ਸਾਡਾ ਜਿਹੜਾ ਸ਼ਹਿਰ ਦਾ ਅਤੇ ਸਫਾਈ ਦਾ ਕੰਮ ਜਿਹੜਾ ਹੈਗਾ ਉਹ 'ਚ ਬੜੀ ਤੇਜ਼ੀ ਆਊਗੀ। ਧੰਨਵਾਦ। ਇਹ ਅਸੀਂ ਜਿਵੇਂ ਆਪਣੇ ਹੁਣ ਪਾਤੜਾ ਸ਼ਹਿਰ ਆਪਣੀ ਕਾਫੀ ਇਹਦੀ ਹੱਦਾਂ ਵਿੱਚ ਜਿਹੜਾ ਵਾਧਾ ਹੋ ਚੁੱਕਿਆ ਹੈਗਾ। ਅਸੀਂ ਪਿਛਲੇ ਟਾਈਮ ਸਵੱਛ ਭਾਰਤ ਮਿਸ਼ਨ ਦੇ ਤਹਿਤ ਜਿਹੜੀ ਇਹ ਡਿਮਾਂਡ ਭੇਜੀ ਗਈ ਸੀ ਸਰਕਾਰ ਨੂੰ, ਅਤੇ ਅੱਜ ਪੰਜਾਬ ਸਰਕਾਰ ਵੱਲੋਂ ਅਤੇ ਸਾਡੇ ਹਲਕਾ MLA ਸਾਹਿਬ ਜੀ ਦੀ ਰਹਿਨਮਾਈ ਹੇਠ ਉਹਨਾਂ ਵੱਲੋਂ ਵੀ ਬੜੀ ਇਹਦੀ ਸਾਡੀ ਸਿਫਾਰਿਸ਼ ਕੀਤੀ ਗਈ ਵੀ ਨਗਰ ਕੌਂਸਲ ਨੂੰ ਇੱਕ ਟਰਾਲੀ ਅਤੇ ਟਰੈਕਟਰ ਦੀ ਜ਼ਰੂਰਤ ਹੈਗੀ। ਇਸ ਦੇ ਤਹਿਤ ਸਾਨੂੰ ਜਿਹੜੀ ਇਹ ਗ੍ਰਾਂਟ ਪ੍ਰਾਪਤ ਹੋਈ ਸੀਗੀ ਉਹਦੇ ਤਹਿਤ ਸਵੱਛ ਭਾਰਤ ਮਿਸ਼ਨ ਤਹਿਤ ਅਸੀਂ ਇਹ ਜਿਹੜੇ ਟਰੈਕਟਰ ਅਤੇ ਟਰਾਲੀ ਖਰੀਦ ਕੀਤੀ ਹੈ। ਟਰੈਕਟਰ ਸਾਡਾ ਜਿਹੜਾ ਮਤਲਬ ਸਾਡੇ ਕੋਲ ਆ ਚੁੱਕਿਆ ਅਤੇ ਟਰਾਲੀ ਵੀ ਸਾਡੇ ਥੋੜ੍ਹੇ ਦਿਨਾਂ ਤੱਕ ਸਾਡੇ ਕੋਲ ਟਰਾਲੀ ਵੀ ਪਹੁੰਚ ਜੂਗੀ। ਇਹਦੇ ਨਾਲ ਸਾਡੇ ਸ਼ਹਿਰ ਵਿੱਚ ਜਿਵੇਂ ਸਾਡੇ ਸਫਾਈ ਕਰਮਚਾਰੀ ਕੂੜੇ ਦਾ ਜਿਹੜੀ ਕਲੈਕਸ਼ਨ ਜਾਂ ਡੋਰ ਟੂ ਡੋਰ ਕਲੈਕਸ਼ਨ ਸੈਗਰੀਗੇਸ਼ਨ ਵਗੈਰਾ ਕਰਕੇ ਉਸ ਤੋਂ ਬਾਅਦ ਅਸੀਂ ਟਰਾਲੀਆਂ ਰਾਹੀਂ ਲੈ ਕੇ ਜਾਂਦੇ ਹਾਂਗੇ ਆਪਣੇ MRF ਸ਼ੈੱਡ 'ਤੇ। ਇਹਦੇ ਨਾਲ ਸਾਨੂੰ ਇਹਦਾ ਬਹੁਤ ਹੀ ਫਾਇਦਾ ਹੋਊਗਾ ਅਤੇ ਆਉਣ ਵਾਲੇ ਟਾਈਮ 'ਚ ਸਾਨੂੰ ਹੋਰ ਵੀ ਮਤਲਬ ਕਿ ਇਹ ਅਸੀਂ ਡਿਮਾਂਡ ਭੇਜ ਚੁੱਕੇ ਹਾਂਗੇ, ਉਹਦੀ ਵੀ ਸਾਨੂੰ ਆਸ ਹੈ ਕਿ MLA ਸਾਹਿਬ ਸਾਡੀ ਇੱਦਾਂ ਹੀ ਸਪੋਰਟ ਕਰਕੇ ਉਹ ਵੀ ਸਾਨੂੰ ਜਲਦੀ ਹੀ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕਰਵਾਉਣਗੇ ਅਤੇ ਇਹਦੇ ਨਾਲ ਸਾਨੂੰ ਸ਼ਹਿਰ ਨੂੰ ਬਹੁਤ ਹੀ ਫਾਇਦਾ ਹੋਊਗਾ। ਸਵੱਛ ਅਭਿਆਨ ਦੇ ਤਹਿਤ ਸਾਡੇ ਸਤਿਕਾਰਯੋਗ MLA ਸਾਹਿਬ ਦੇ ਸਰਦਾਰ ਕੁਲਵੰਤ ਜੀ ਉਦਮ ਸਤਿਕਾਰ, ਸਾਡੇ EO ਮੈਮ ਨੇ ਔਰ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਰਣਵੀਰ ਸਿੰਘ ਜੀ, ਇਹਨਾਂ ਦੀ ਮਿਹਨਤ ਨੂੰ ਫਲ ਲੱਗਦਾ ਅੱਜ ਸਵਰਾਜ ਟਰੈਕਟਰ ਜੋ ਕਿ ਉਹਦੀ ਬਹੁਤ ਵੱਡੀ ਜ਼ਰੂਰਤ ਸੀ ਕਿਉਂਕਿ ਜਿਵੇਂ ਪਹਿਲਾਂ ਟਰੈਕਟਰ ਸੀਗੇ ਸੰਦ ਮਾੜੇ ਸੀਗੇ, ਨਹੀਂ ਉਹਨਾਂ ਕੰਮ ਕਰ ਸਕਦੇ ਸੀਗੇ, ਇਸ ਕਰਕੇ ਸੀਗਾ ਵੀ 19 ਰੁਪਏ ਦਾ ਖਰਚਾ ਪੈਂਦਾ। ਪਰ ਇਹਨਾਂ ਨੇ ਜਿਵੇਂ ਹੀ ਮੰਗ ਰੱਖੀ EO ਮੈਮ ਨੇ, ਪ੍ਰਧਾਨ ਜੀ ਨੇ, ਤਾਂ MLA ਸਾਹਿਬ ਨੇ ਤੁਰੰਤ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਜੀ ਮਾਨ ਜੀ ਦੇ ਤਹਿਤ ਮਤਲਬ ਸਵੱਛ ਅਭਿਆਨ ਨੂੰ ਲੈ ਕੇ ਮੋਦੀ ਜੀ ਨੇ, ਤਾਂ
ਅੱਜ ਨਵਾਂ ਸਵਾਰ ਟਰੈਕਟਰ ਪਹਿਲਾਂ ਵੀ ਲੈ ਕੇ ਆਏ ਸੀ, ਇਸ ਵਾਰ ਫਿਰ 8-8.5 ਲੱਖ ਦੀ ਕੀਮਤ ਨਾਲ ਇਹ ਟਰੈਕਟਰ ਲੈ ਕੇ ਆਏ ਨੇ। ਤਾਂ ਇਹਦੇ ਨਾਲ ਇਹ ਆ ਵੀ ਇੱਕ ਤਾਂ ਛੇਤੀ ਕਿਤੇ ਪਹੁੰਚਣਾ ਹੋਵੇ ਤਾਂ ਛੇਤੀ ਪਹੁੰਚ ਸਕਦਾ, ਅਤੇ ਬਾਕੀ ਇਹ ਆ ਵੀ ਜਿਹੜੇ ਨਵੇਂ ਅੱਜ ਕੱਲ੍ਹ ਮੰਨ ਲਓ ਟਰੈਕਟਰ ਵਗੈਰਾ ਜਾਂ ਕੋਈ ਮਸ਼ੀਨਰੀ ਜੇ ਆਈ ਆ ਤਾਂ ਖਰਚੇ ਵੀ ਘੱਟ ਨੇ, ਤਾਂ ਇਸ ਚੀਜ਼ ਦਾ ਵੀ ਥੋੜ੍ਹਾ ਲਾਭ ਹੈਗਾ ਸਰ। ਅਸੀਂ ਪਹਿਲਾਂ ਵਧਾਈ ਦਿੰਦੇ ਹਾਂ ਸਾਰਿਆਂ ਨੂੰ ਸਾਡੇ ਸ਼ਹਿਰ ਵਾਸੀਆਂ ਨੂੰ, ਜੇ ਟਰੈਕਟਰ ਵੱਡਾ ਆਇਆ ਵਧੀਆ ਹੈ, ਕਿਉਂਕਿ ਜਿਹੜੇ ਪਹਿਲਾਂ ਕੁਛ ਟਰੈਕਟਰ ਸਾਡੇ ਨਵੇਂ ਕੁਛ ਤਾਂ ਉਹ ਪੁਰਾਣੇ ਜ਼ਿਆਦਾ ਹੋ ਗਏ, ਕਾਫੀ 1976 ਤੋਂ ਟਰੈਕਟਰ ਚੱਲ ਰਹੇ ਤੇ। ਅਤੇ ਸਾਡੇ ਮਾਣਯੋਗ ਸਰਦਾਰ ਕੁਲਵੰਤ ਸਿੰਘ ਜੀ ਜੋ ਹਰ ਵੇਲੇ ਹਲਕੇ ਦੇ ਹਰ ਕੰਮ ਕੰਨੀ ਧਿਆਨ ਰੱਖਦੇ ਨੇ, ਚਾਹੇ ਪਿੰਡਾਂ ਦਾ ਹੋਵੇ ਚਾਹੇ ਸ਼ਹਿਰ ਦਾ ਹੋਵੇ, ਉਹਦੇ ਟਰੈਕਟਰ ਦੀ ਜ਼ਰੂਰਤ ਵੀ ਪ੍ਰਧਾਨ ਜੀ ਵੱਲੋਂ ਕਿਹਾ ਗਿਆ, ਐਮਐਲਏ ਸਾਹਿਬ ਨੂੰ ਸਾਨੂੰ ਗ੍ਰਾਂਟ ਆਈ ਉਹ ਨਗਰ ਕੌਂਸਲ 'ਚ, ਜੇ ਟਰੈਕਟਰ ਨਾਲ ਲਿਆਉਂਦਾ ਗਾ ਜੋ 10 ਲੱਖ ਦੀ ਕੀਮਤ ਦਾ ਘੱਟ ਤੋਂ ਘੱਟ ਟਰੈਕਟਰ ਹੈ, ਸਾਨੂੰ ਬਹੁਤ ਇਸ ਸ਼ਹਿਰ ਵਿੱਚ ਬਹੁਤ ਇਹਦੇ ਵਾਸਤੇ ਸਾਨੂੰ ਜ਼ਰੂਰਤ ਵੀ, ਅਤੇ ਸਫਾਈ ਦਾ ਕੰਮ ਆ ਜੋ ਸਾਡਾ ਬਹੁਤ ਜਲਦੀ ਹੋਇਆ ਕਰੂਗਾ, ਚੱਕਿਆ ਜਾ ਕਰੂ ਕੂੜਾ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ।